हेलो जी सताल एक बार फिर तो थोड़ा थो सब का स्वागत है अपने यूट्यूब चैनल पर दोस्तों जिम्मे थोड़ा पता है कि आपकी सैकेंड पेपर जो है तैयारी कर रहे हैं वन लाइनर क्वेश्चन पंजाबी दे जो है हूँ तक आप नब्बे क्वेश्चन कर चुके हैं तो अपने एग्जाम टाइम तक जो एग्जाम अपना एक महीना रह चुका है पूरे एग्जाम के दे दिन तक जो ने क्वेश्चन चलन गए अपने वन लाइनर दर तो जल्दी ही आप कल तो साइंस के जो क्वेश्चन थोड़ा वो भी मिलने स्टार्ट हो जागे वन लाइनर जो भी अपने टॉपिक वाइज जो मोस्ट इंपोर्टेंट क्वेश्चन ने जो सिलेक्टिव क्वेश्चन ने इससे जो है डिस्कस करा ठीक है जी तो अच्छे आप स्टार्ट करें जा रहे हैं नाइनटी वन तो लैके वन ट्वेंटी तक एक सौ भी तक तो जो है आज क्वेश्चन जो है कंपलीट करा जेडे चैनल अलग तक सबसक्राइब नहीं किया है चैनल सबसक्राइब कर लो आइकन दबा लो ताकि एग्जाम टाइम तक जो है जो क्लासिज़ ने जिनी भी हैल्प हो सके थोड़ी हो सके ठीक है तो जो कि जो क्लासिज़ ने जो भीडियोज़ ने जो नोटिफिकेशन है टाइमली मिलता रहे चलो चलते हैं आप अज्ते क्वेश्चन तरफ ਜੋ ਆਸ ਪਹਿਲਾ ਕੁਐਸਚਨ ਹੈ 91 ਇੱਕਲਵੇਂ ਨੰਬਰ ਕੁਐਸਚਨ ਦੋਸਤੋ ਪੰਜਾਬੀ ਸਾਹਿਤ ਦੇ ਖੋਜ ਦਾ ਮੋਢੀ ਹਾਂਜੀ ਪੰਜਾਬੀ ਸਾਹਿਤ ਖੋਜ ਦਾ ਮੋਢੀ ਕੌਣ ਸੀਗੇ ਬਾਬਾ ਬੁੱਧ ਸਿੰਘ ਜੀ ਠੀਕ ਹੈ ਯਾਦ ਰੱਖਿਓ ਕੁਐਸਚਨ ਨੰਬਰ 92 ਹੈ ਨੈਕਸਟ ਕੁਐਸਚਨ ਤਾੜੀ ਦੀ ਤਰ੍ਹਾਂ ਵਜਾਇਆ ਜਾਣ ਵਾਲਾ ਸਾਜ਼ ਕਿਹੜਾ ਹਾਂਜੀ ਤਾੜੀ ਦੀ ਤਰ੍ਹਾਂ ਵਜਾਇਆ ਜਾਣ ਵਾਲਾ ਸਾਜ਼ ਹੈ ਮੱਪ ਕਿਹੜਾ ਹੈ ਜੀ ਮੱਪ ਵੈਰੀ ਗੁੱਡ ਕੁਐਸਚਨ ਨੰਬਰ 93 ਕਿਹੜੇ ਸਾਜ਼ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਉਹ ਗੱਟ ਤੋਸ ਕਿੜਾ ਤੋਸ ਠੀਕ ਹੈ ਤੋ ਉਸ ਨਾਮਕ ਜੋ ਸਾਜ਼ ਹੈ ਦੀ ਸ਼ੁਰੂਆਤ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਰੀ ਗੁੱਡ ਕੁਸਚਨ ਨੰਬਰ 94 ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਜ਼ ਕਿਹੜਾ ਹੈ ਉਹ ਹੈ ਰਬਾਬ ਕਿਹੜਾ ਹੈ ਰਬਾਬ ਸਭ ਨੂੰ ਪਤਾ ਹੋਵੇਗਾ ਤੇ ਕਾਫੀ ਇੰਪੋਰਟੈਂਟ ਵੀ ਇਹ ਕੁਸਚਨ ਹੈ ਬਲਣਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਜ਼ ਹੈ ਰਬਾਬ ਵੈਰੀ ਗੁੱਡ ਕੁਸਚਨ ਨੰਬਰ ਆਪਣਾ 95 ਹੈ ਅਮੀਰ ਖੁਸਰੋ ਨੇ ਕਿਹੜੇ ਸਾਜ਼ ਦੀ ਸ਼ੁਰੂਆਤ ਕੀਤੀ ਸੀ ਉਹ ਤਬਲਾ ਸਭ ਨੂੰ ਪਤਾ ਹੋਵੇਗਾ ਕਾਫੀ ਇੰਪੋਰਟੈਂਟ ਵੀ ਹੈ ਕਿ ਅਮੀਰ ਖੁਸਰੋ ਨੇ ਕਿਹੜੇ ਸਾਜ਼ ਦੀ ਸ਼ੁਰੂਆਤ ਕੀਤੀ ਸੀ ਉਸੇ ਤਬਲਾ ਕੁਸ਼ਨ ਇਹ ਵੀ ਪੁੱਛ ਸਕਦਾ ਹੈ ਕਿ ਤਬਲਾ ਸਾਜ਼ ਕਿਸ ਨਾਲ ਸੰਬੰਧਿਤ ਹੈ ਆਪਸ਼ਨਸ ਹੋਏਗਾ ਅਮੀਰ ਖੁਸਰੋ ਠੀਕ ਹੈ ਨਾ ਕੁਸ਼ਨ ਉਲਟ ਪੁਲਟ ਕਿਸੇ ਵੀ ਤਕਨੀਕ ਜੋ ਹੈ ਬਣ ਕੇ ਆ ਸਕਦਾ ਹੈ ਤਾਂ ਕੁਸ਼ਨ ਨੰਬਰ 96 ਹੈ ਆਪਣਾ 96 ਨੰਬਰ ਕੁਸ਼ਨ ਦੋਸਤੋ ਭਰਤਮੁਨੀ ਦੁਆਰਾ ਰਚਿਤ ਸਾਜ਼ ਕਿਹੜਾ ਸੀਗਾ ਉਹ ਸੀਗਾ ਸਰਾਉਂਦ ਕਿਹੜਾ ਸੀਗਾ ਸਰਾਉਂਦ ਠੀਕ ਹੈ ਕੁਸ਼ਨ ਨੰਬਰ 97 ਗੁਡੀਆਂ ਬਣਾਉਣ ਦਾ ਮੁੱਖ ਕੇਂਦਰ ਕਿਹੜਾ ਹੈ ਪੰਜਾਬ ਚ ਹੋਵੇ ਚੰਡੀਗੜ ਕੀ ਹੈ ਚੰਡੀਗੜ ਜੋ ਕੀ ਪੰਜਾਬ ਦੀ ਕੀ ਹੈ ਰਾਜਸਥਾਨੀ ਵੀ ਹੈ ਵੈਰੀ ਗੁੱਡ ਕੁਐਸਚਨ ਨੰਬਰ 98 ਤਕਤੀ ਨਾਮ ਦਾ ਗਹਿਣਾ ਕਿੱਥੇ ਪਾਇਆ ਜਾਂਦਾ ਹੈ ਕਿੱਥੇ ਗਲੇ ਚ ਕਿੱਥੇ ਗਲੇ ਚ ਵੈਰੀ ਗੁੱਡ ਕੁਐਸਚਨ ਨੰਬਰ 99 ਮੁਰਕੀ ਨਾਮ ਦਾ ਗਹਿਣਾ ਕਿੱਥੇ ਪਾਇਆ ਜਾਂਦਾ ਹੈ ਕੰਨਾਂ ਚ ਕਿੱਥੇ ਪਾਇਆ ਜਾਂਦਾ ਹੈ ਕੰਨਾਂ ਚ ਠੀਕ ਵੈਰੀ ਗੁੱਡ ਕੁਐਸਚਨ ਨੰਬਰ 100 ਆਪਾਂ ਅਸ ਦਾ ਸੱਗੀ ਫੁਲਕੀਏ ਸੱਗੀ ਫੁੱਲ ਕੀ ਹੈ ਇੱਕ ਤਰ੍ਹਾਂ ਦਾ ਗਹਿਣਾ ਹੈ ਸੱਗੀ ਫੁੱਲ ਕੀ ਹੈ ਇੱਕ ਤਰ੍ਹਾਂ ਦਾ ਗਹਿਣਾ ਆਈ ਥਿੰਕ ਇਹ ਜੋ ਕੁਸ਼ਨ ਹੈ ਆਈ ਥਿੰਕ ਛਾੜ 35 ਦੇਖਨ ਨੂੰ ਮਸਾਦ ਮਿਲਿਆ ਸੀਗਾ ਸੱਗੀ ਫੁੱਲ ਵਾਲਾ ਕੁਸ਼ਨ ਠੀਕ ਹੈ ਚਲੋ ਅਗਲਾ ਕੁਸ਼ਨ ਹੈ ਆਪਣਾ 101 ਨੰਬਰ ਕੁਸ਼ਨ ਹੈ ਦੋਸਤੋ ਗਲੂਬੰਦ ਨਾਮ ਦਾ ਗਹਿਣਾ ਔਰਤਾ ਕਿੱਥੇ ਪਾਉਂਦੀਆਂ ਹਨ ਕਿੱਥੇ ਪਾਉਂਦੀਆਂ ਨੇ ਗਲੇ 'ਚ ਪਾਉਂਦੀਆਂ ਨੇ ਯਾਦ ਰੱਖਿਓ ਜੋ ਗਲੂਬੰਦ ਗਹਿਣਾ ਹੈ ਇਹ ਪੈਂਦਾ ਹੈ ਕਿੱਥੇ ਗੱਲੇ 'ਚ ਗੱਗੇ ਤੋਂ ਗਲੂਬੰਦ ਤੇ ਗੱਗੇ ਤੋਂ ਗਲਾ ਵੈਰੀ ਗੁੱਡ ਕੁਸ਼ਨ ਨੰਬਰ 102 ਹੈ ਲੌਂਗ ਨਾਮ ਦਾ ਗਹਿਣਾ ਲੌਂਗ ਨਾਮ ਦਾ ਗਹਿਣਾ ਕਿੱਥੇ ਪਾਇਆ ਜਾਂਦਾ ਹੈ ਤਾਂ ਨੱਕ 'ਚ ਕਿੱਥੇ ਪਾਇਆ ਜਾਂਦਾ ਹੈ ਨੱਕ 'ਚ ਠੀਕ ਹੈ ਕੁਐਸਚਨ ਨੰਬਰ 103 ਹੈ ਆਪਣਾ ਬਨਕਾ ਨਾਮ ਦਾ ਗਹਿਣਾ ਕਿੱਥੇ ਪਾਇਆ ਜਾਂਦਾ ਹੈ ਬਨਕਾ ਦੇਖੋ ਯਾਦ ਰੱਖਿਓ ਬਨਕਾ ਨਾਮ ਦਾ ਗਹਿਣਾ ਪਾਇਆ ਜਾਂਦਾ ਵੀਣੀ 'ਚ ਕਿੱਥੇ ਵੀਣੀ 'ਚ ਕਿੱਥੇ ਵੀਣੀ 'ਚ ਵੈਰੀ ਗੁੱਡ ਕੁਐਸਚਨ ਨੰਬਰ 104 ਹੈ ਵਿਆਕਰਨ ਦੇ ਮੁੱਖ ਤੌਰ ਤੇ ਕਿੰਨੇ ਭਾਗ ਹਨ ਤਾਂ ਚਾਰ ਭਾਗ ਨੇ ਵਿਆਕਰਨ ਦੇ ਮੁੱਖ ਤੌਰ ਤੇ ਚਾਰ ਭਾਗ ਹਨ ਨੈਕਸਟ ਕੁਐਸਚਨ 105 ਨੰਬਰ ਭਾਸ਼ਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਕਿੰਨੇ ਭਾਗਾਂ ਚ ਦੋ ਭਾਗਾਂ ਚ ਕਿੰਨੇ ਭਾਗਾਂ ਚ ਦੋ ਭਾਗਾਂ ਚ ਦੋਸਤੋ ਅਗਰ ਤੁਹਾਨੂੰ ਕੁਐਸਚਨ ਦੇ ਅਨੁਸਾਰ ਪਤਾ ਹੈ ਤਾਂ ਜਰੂਰ ਤੁਸੀਂ ਨਾ ਤਾਂ ਕਮੈਂਟ ਵੀ ਕਰ ਦਿਓ ਤਾਂ ਕਿ ਤੁਹਾਨੂੰ ਜੋ ਰਿਵੀਜ਼ਨ ਹੈ ਉਹ ਫਾਈਨਲੀ ਹੁੰਦੀ ਰਵੇ ਠੀਕ ਹੈ ਜੀ ਤਾਂ ਜਿਨੇ ਚਨੂਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਹੀ ਕਰ ਲਿਓ ਕੁਐਸਚਨ ਨੰਬਰ 106 ਆਪਣਾ ਸ਼ਬਦ ਦੇ ਪ੍ਰਕਾਰ ਕਿੰਨੇ ਨੇ ਸ਼ਬਦ ਦੇ ਪ੍ਰਕਾਰ ਦੋ ਤੇ ਸ਼ਬਦ ਦੇ ਭੇਦ ਕਿੰਨੇ ਨੇ 8 ਦੇਖੋ ਪ੍ਰਕਾਰ ਤੇ ਭੇਦ ਅੰਦਰ ਜੋ ਹੈ ਤੁਸੀਂ ਕਨਫਿਊਜ਼ ਨਹੀਂ ਹੋਣਾ ਸ਼ਬਦ ਦੇ ਪ੍ਰਕਾਰ ਪੁੱਛੇ ਤਾਂ ਉੱਤਰ 2 ਹੋਏਗਾ ਅਗਰ ਸ਼ਬਦ ਦੇ ਭੇਦ ਪੁੱਛੇ ਤਾਂ ਉੱਤਰ 8 ਹੋਏਗਾ ਵੈਰੀ ਗੁੱਡ ਕੁਐਸਚਨ ਨੰਬਰ 108 ਹੈ ਆਪਣਾ ਅੱਜ ਦਾ ਕੁਐਸਚਨ ਨੰਬਰ 108 ਬੋਲੀ ਦੇ ਪ੍ਰਕਾਰ ਕਿੰਨੇ ਨੇ ਦੋ ਬੋਲਚਾਲ ਅਤੇ ਲਿਖਤ ਯਾਨੀ ਕਿ ਬੋਲਚਾਲ ਦੀ ਬੋਲੀ ਤੇ ਲਿਖਿਤ ਰੂਪ ਵਿੱਚ ਬੋਲੀ ਠੀਕ ਹੈ ਬੋਲੀ ਦੇ ਪ੍ਰਕਾਰ ਕਿੰਨੇ ਨੇ ਦੋ ਕੁਐਸਚਨ ਨੰਬਰ 109 ਹੈ ਗੁਰਮੁਖੀ ਅੱਖਰਾਂ ਦੇ ਵਿੱਚ ਵਰਣਨ ਗੁਰਮੁਖੀ ਅੱਖਰਾਂ ਦੇ ਵਿੱਚ ਵਰਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਚਾਰ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਗੁਰਮੁਖੀ ਅੱਖਰਾਂ ਦੇ ਵਿੱਚ ਵਰਣ ਕਿੰਨੇ ਪ੍ਰਕਾਰ ਦੇ ਚਾਰ ਪ੍ਰਕਾਰ ਦੇ ਵੈਰੀ ਗੁੱਡ ਕੁਐਸਚਨ ਨੰਬਰ 10 ਹੈ ਕਿ ਜਨੇਪੇ ਦੇ ਜਨੇਪੇ ਦੇ ਪਿੱਛੋਂ ਦੀਵਾ ਬਲਦਾ ਰਹਿੰਦਾ ਹੈ ਕਿੰਨੇ ਦਿਨ ਬਲਦਾ ਦੀਵਾ ਆਨਸਰ ਨਹੀਂ ਲਿਖਿਆ ਹੋਇਆ ਪਰ ਆਈ ਥਿੰਕ ਇੰਦਾ ਆਨਸਰ ਹੋਏਗਾ 5 ਦਿਨ ਆਈ ਥਿੰਕ ਇੰਦਾ ਜੋ ਆਨਸਰ ਹੈ 5 ਦਿਨ ਹੋਏਗਾ ਕਿ ਕੁਝ ਡਾਊਟ ਹੋਵੇ ਅਗਰ ਤੁਹਾਨੂੰ ਪਤਾ ਹੈ ਰਾਈਟ ਆਨਸਰ ਤੁਸੀਂ ਉਹ ਹੈ ਕਮੈਂਟ ਕਰ ਸਕਦੇ ਹੋ ਬਾਕੀ ਆਈ ਥਿੰਕ ਜਨੇਪੇ ਦੇ ਪਿੱਛੋਂ ਦੀਵਾ ਬਲਦਾ ਹੈ 5 ਦਿਨ ਠੀਕ ਹੈ ਨੈਕਸਟ ਕੁਸ਼ਚਨ ਹੈ ਆਪਣਾ 111 ਨੰਬਰ ਕੁਸ਼ਚਨ ਦੋਸਤੋ ਜਨੇਪੇ ਤੋਂ ਕਿੰਨੇ ਦਿਨ ਬਾਅਦ ਮਾ ਪਾਣੀ ਵਿੱਚ ਸੇਂਜੀ ਸੇਂਜੀ ਮੇਥੀ ਜਾਂ ਵਣ ਕੇ ਵਣ ਦੇ ਪੱਤੇ ਉਬਾਲ ਕੇ ਨਹਾਉਂਦੀ ਹੈ ਤਾਂ 5ਵੇਂ ਕਿੰਨੇਵੇਂ ਦਿਨ 5ਵੇਂ ਦਿਨ ਕਿੰਨੇਵੇਂ ਦਿਨ 5ਵੇਂ ਦਿਨ ਵੈਰੀ ਗੁੱਡ ਕੁਸ਼ਚਨ 112 ਹਰੀਏ ਨੀ ਰਸ ਪਰ ਇਹ ਖਜੂਰੇ ਇੱਕ ਲੋਕਗੀਤ ਦਾ ਰੂਪ ਹੈ ਕਿਹੋ ਜਿਹਾ ਲੋਕਗੀਤ ਹੈ ਸੁਹਾਗ ਕਿਹੋ ਜਿਹਾ ਸੁਹਾਗ ਠੀਕ ਹੈ ਹਰੀਏ ਨੀਰਸ ਭਰੀਏ ਖਸੂਰੇ ਸੁਹਾਗ ਦੋ ਸੁਹਾਗ ਨਾਮਕ ਗੀਤ ਨੇ ਕਿਸ ਦੇ ਵਿਆਹ ਗਾਜੰਦੇ ਨੇ ਕੁੜੀਆਂ ਦੇ ਵਿਆਹ ਹਨਾ ਵੈਰੀ ਗੁੱਡ ਕੁਐਸਚਨ ਨੰਬਰ 113 ਹੈਗਾ ਆਪਣਾ ਅਸੂ ਦਾ ਕਾਜ ਰਚਾ ਨਾ ਲੋਕਗੀਤ ਹੈ ਅਸੂ ਦਾ ਕਾਜ ਰਚਾ ਨਾ ਦਾ ਲੋਕਗੀਤ ਕੀ ਹੈ ਇਹ ਵੀ ਇੱਕ ਤਰ੍ਹਾਂ ਦਾ ਸੁਹਾਗ ਹੈ ਠੀਕ ਹੈ ਜੀ ਕੁਐਸਚਨ ਨੰਬਰ 114 ਦੇਈ ਦੇਈ ਵੇ ਬਾਬਲਾ ਨਾ ਦੇ ਸੁਹਾਗ ਵਿੱਚ ਕੁੜੀ ਕਿਹੋ ਜੀ ਸੱਸ ਚਾਹੁੰਦੀ ਐ ਚੰਗੀ ਅਤੇ ਮੰਨੀ ਪਰਮੰਨੀ ਦੇਈਂ ਦੇਈ ਵੇ ਬਾਬਲਾ ਨਾ ਦੇ ਸੁਹਾਗ ਵਿੱਚ ਕੁੜੀ ਕਿਹੋ ਜੀ ਸੱਸ ਚਾਹੁੰਦੀ ਐ ਚੰਗੀ ਅਤੇ ਮੰਨੀ ਪਰਮੰਨੀ ਠੀਕ ਹੈ ਜੀ ਕੁਐਸਚਨ ਨੰਬਰ 115 ਹੈ ਲੋਕ ਗੀਤਾਂ ਦੀ ਕਿਸ ਮਨੰਗੀ ਨੂੰ ਮਠੀਆਂ ਗਾਲਾਂ ਕਿਹਾ ਗਿਆ ਹੈ ਤਾਂ ਕਿਨੂੰ ਸਿੱਠਣੀਆਂ ਨੂੰ ਕਿਨੂੰ ਕਿਹਾ ਗਿਆ ਸਿੱਠਣੀਆਂ ਨੂੰ ਜੋ ਸਿੱਠਣੀਆਂ ਨੇ ਇਹ ਵੀ ਵਿਆਹ ਦੇ ਵਿੱਚ ਪਾਈ ਜਾਂਦੀਆਂ ਨੇ ਲੋਕ ਗੀਤਾਂ ਦੀ ਕਿਸ ਮਨੰਗੀ ਨੂੰ ਮਿੱਠੀਆਂ ਗਾਲਾਂ ਮਿੱਠੀਆਂ ਗਾਲਾਂ ਹੁੰਦੀਆਂ ਨੇ ਸਿੱਠਣੀਆਂ ਠੀਕ ਹੈ ਜੀ ਕੁਐਸਚਨ ਨੰਬਰ 116 ਨਿੱਕੀ ਜਹੀ ਸੂਈ ਵਟਣਾ ਧਾਗਾ ਵਿੱਚ ਮਟਿਆਰ ਕੱਢਦੀ ਹੈ ਕੀ ਕਰਦੀ ਹੈ ਕਸੀਦਾ ਕੀ ਕਰਦੀ ਹੈ ਕਸੀਦਾ ਕੀ ਕਰਦੀ ਹੈ ਕਸੀਦਾ ਵੈਰੀ ਗੁੱਡ ਕੁਐਸਚਨ ਨੰਬਰ ਆਪਣਾ 117 ਹੈਗਾ ਨਿੱਕੀ ਨਿੱਕੀ ਬੁੰਦੀ ਗੀਤ ਅਨੁਸਾਰ ਵਾਗ ਫੜਦੀ ਹੈ ਕੀ ਫੜਦੀ ਹੈ ਮੁੰਡੇ ਦੀ ਭੈਣ ਕੀ ਇਹ ਮੁੰਡੇ ਦੀ ਭੈਣ ਠੀਕ ਹੈ ਕੋੜੀ ਫੜਦੀ ਹੈ ਨਿੱਕੀ ਨਿੱਕੀ ਬੂੰਦੀ ਗੀਤ ਅਨੁਸਾਰ ਵਾਗ ਫੜਦੀ ਹੈ ਮੁੰਡੇ ਦੀ ਭੈਣ ਵੈਰੀ ਗੁੱਡ ਕੁਐਸਚਨ ਨੰਬਰ 118 ਹੈਗਾ ਆਪਣਾ ਕੁਐਸਚਨ ਨੰਬਰ 118 ਨੀਵੇਂ ਪਹਾੜਾਂ ਤੇ ਬਰਬਤ ਕਿਸ ਲੋਕ ਗੀਤ ਨੇਉ ਕਿਸ ਲੋਕ ਗੀਤ ਨੂੰ ਪ੍ਰਗਟ ਕਰਦੇ ਹਨ ਕਿਨੂ ਸੁਹਾਗ ਨੂੰ ਕਿਨੂ ਸੁਹਾਗ ਨੂੰ ਕੁਐਸਚਨ ਨੰਬਰ 119 ਲੰਮੀ ਬੋਲੀ ਦੀ ਆਖਰੀ ਤੁਕ ਨੂੰ ਕੀ ਕਿਹਾ ਜਾਂਦਾ ਹੈ ਕਹਿੰਦੇ ਨੇ ਤੋੜਾ ਕੀ ਕਹਿੰਦੇ ਨੇ ਤੋੜਾ ਲੰਮੀ ਬੋਲੀ ਦੀ ਆਖਰੀ ਤੁਕ ਨੂੰ ਕੀ ਕਿਹਾ ਜਾਂਦਾ ਤੋੜਾ ਕਿਹਾ ਜਾਂਦਾ ਹੈ ਯਾਦ ਰੱਖੋ ਦੋਸਤੋ ਕੁਐਸਚਨ ਨੰਬਰ 120 ਆਪਣਾ ਢੋਲੇ ਦਾ ਸੰਬੰਧ ਪੰਜਾਬ ਦੇ ਕਿਸ ਖੇਤਰ ਨਾਲ ਹੈ ਢੋਲੇ ਦਾ ਸੰਬੰਧ ਪੰਜਾਬ ਦੇ ਕਿਸ ਖੇਤਰ ਨਾਲ ਹੈ ਜੀ ਪੱਛਮੀ ਪੰਜਾਬ ਨਾਲ ਕਿਸ ਖੇਤਰ ਨਾਲ ਹੈ ਪੱਛਮੀ ਪੰਜਾਬ ਨਾਲ ਕਿਸ ਖੇਤਰ ਨਾਲ ਹੈ ਪੱਛਮੀ ਪੰਜਾਬ ਨਾਲ ਠੀਕ ਹੈ ਜੀ ਤਾਂ ਆਪਣੇ ਜੋ ਹੈ ਅੱਜ ਦੀ ਕਲਾਸ ਅੰਦਰ ਆਪਾਂ 120 ਜੋ ਕੁਐਸਚਨ ਹੈ ਆਪਾਂ ਕੰਪਲੀਟ ਕਰ ਚੁੱਕੇ ਨਾ ਤੇ ਕੱਲ ਆਪਾਂ ਜੋ ਹੈ ਅਗਰੇ ਜੋ 30 ਕੁਐਸਚਨ ਨਨਕੀ 150 ਤੱਕ ਆਪਣੀ ਜੋ ਹੈ ਕਲ ਦੀ ਕਲਾਸ ਕਵਰ ਹੋ ਜਾਣਗੇ ਤਾਂ ਐਸੀ ਤਰ੍ਹਾਂ ਤੁਹਾਨੂੰ ਜੋ ਕਲਾਸਿਸ ਨੇ ਜੋ ਸਾਡੇ ਕੁਐਸਚਨ ਨੇ 1 ਲਾਈਨਰ ਪੰਜਾਬੀ ਦੇ ਤੁਹਾਨੂੰ ਡੇਲੀ ਮਿਲਣਗੇ ਤੇ ਕੱਲ ਤੋਂ ਜੋ ਹੈ ਤੁਹਾਨੂੰ ਸਾਇੰਸ ਦੇ MCQ ਵੀ ਮਿਲਨੇ ਸਟਾਰਟ ਹੋ ਜਾਣਗੇ ਜੋ ਕਿ ਤੁਹਾਨੂੰ ਐਗਜ਼ਾਮ ਦੇ ਦਿਨ ਤੱਕ ਐਗਜ਼ਾਮ ਦੀ ਡੇਟ ਤੱਕ ਤੁਹਾਨੂੰ ਡੇਲੀ ਮਿਲਣਗੇ ਤਾਂ ਕਿ ਤੁਹਾਡੀ ਜੋ ਹੈ ਅੱਛੀ ਤਰੀਕੇ ਨਾਲ ਜੋ ਹੈ ਤਿਆਰੀ ਹੋ ਸਕੇ ਤਾਂ ਇੱਕੋ ਹੀ ਰਿਕਵੈਸਟ ਹੈ ਕਿ ਜੋ ਕਲਾਸਿਸ ਨੇ ਬਿਲਕੁਲ ਫ੍ਰੀ ਆਫ ਕੋਸਟ ਹੈ ਤੁਸੀਂ ਕੀ ਕਰਨਾ ਸਿਰਫ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਬਾ ਲੈਣੀ ਹੈ ਤਾਕੀ ਆਉਣ ਵਾਲੀ ਜੋ ਵੀ ਅਪਡੇਟ ਹੈ ਜੋ ਵੀ ਵੀਡੀਓਜ਼ ਨੇ ਤੁਹਾਨੂੰ ਦਾ ਨੋਟੀਫਿਕੇਸ਼ਨ ਟਾਈਮਲੀ ਮਿਲਦਾ ਰਹੇ ਮਿਲਦੇ ਆਪਾਂ ਅਗਲੀ ਵੀਡੀਓਜ਼ ਥੈਂਕ ਯੂ